ਰੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਘੰਟੀ ਵਾਲੇ ਬਟਨ ਦੇ ਵੀ ਕਲਿੱਕ ਕਰ ਦੇਣਾ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਆ ਚੁੱਕੇ ਹਾਂ ਅੱਜ ਆਪਾਂ ਗੱਲ ਕਰਾਂਗੇ ਅੱਜ ਦੇ ਕਬੱਡੀ ਗੱਪਾਂ ਬਾਰੇ ਕੁਝ ਕੁ ਪਲੇਅਰਾਂ ਤੇ ਟੀਮਾਂ ਬਾਰੇ ਵੀ ਦੱਸਾਂਗੇ ਇਸ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇਕਰ ਤੁਸੀਂ ਯਾਰ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਵੀ ਕਰ ਲਓ ਤਾਂ ਕਿ ਆਉਣ ਵਾਲੀਆਂ ਇਸੇ ਤਰ੍ਹਾਂ ਦੀਆਂ ਵੀਡੀਓ ਮਿਲਦਿਆਂ ਰਹਿਣ ਦੋਸਤੋ ਐਂਡ ਦੇ ਵਿੱਚ ਤੁਹਾਨੂੰ ਵੱਡੇ ਕਬੱਡੀ ਕੱਪ ਦੀ ਵੀ ਜਾਣਕਾਰੀ ਦੇਵਾਂਗੇ ਕਿ ਕਿਹੜੇ ਪਲੇਅਰ ਉੱਥੇ ਖੇਡਣ ਜਾ ਰਹੇ ਹਨ ਇਸ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਦੋਸਤੋ ਜੋ ਅੱਜ ਅਸੀਂ ਕਮੈਂਟ ਲਿਆ ਸਾਹਿਲਪ੍ਰੀਤ ਸਿੰਘ ਇਹ ਵੀ ਬਹੁਤ ਟਾਈਮ ਤੋਂ ਸਾਡੇ ਕਈ ਦਿਨਾਂ ਤੋਂ ਰੋਜ਼ ਵੀਡੀਓ ਦੇਖਦੇ ਆ ਰਹੇ ਨੇ ਇਹਨਾਂ ਦਾ ਵੀ ਧੰਨਵਾਦ ਤੇ ਰੋਜ਼ ਇੱਕ ਕਮੈਂਟ ਕਰਦੇ ਹਨ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਦੋਸਤੋ ਹੋਰ ਵੀ ਬਹੁਤ ਲੋਕ ਸਾਡੀ ਰੋਜ਼ ਵੀਡੀਓ ਦੇਖਦੇ ਆਣ ਪਰ ਕਈ ਮੇਰੇ ਵੀਰਾਂ ਦਾ ਕਮੈਂਟ ਨਹੀਂ ਆਇਆ ਹੋਗਾ ਤਾਂ ਮਾਫ਼ ਕਰਨਾ ਹੈ ਦੋਸਤੋ ਅੱਜ ਦਾ ਪਹਿਲਾ ਕਬੱਡੀ ਕੱਪ ਜੋ ਹੋਣ ਜਾ ਰਿਹਾ ਹੈ ਮੈਂਮਾ ਨੇੜੇ ਰਾਜਪੁਰਾ ਪਟਿਆਲੇ ਦੇ ਵਿੱਚ ਇਹ ਕਬੱਡੀ ਕੱਪ ਹੋਵੇਗਾ ਤੇ ਇੱਥੇ ਦੋਸਤੋ ਅੱਜ ਓਪਨ ਦੇ ਮੈਚ ਹੋਣਗੇ ਜੇਕਰ ਦੋਸਤੋ ਇੱਥੇ ਇਨਾਮਾਂ ਦੀ ਗੱਲ ਕਰੀਏ ਤਾਂ ਇਨਾਮ ਦੋਸਤੋ ਇੱਥੇ ਓਪਨ ਵਿੱਚ ਤਿੰਨ ਖਿਡਾਰੀ ਬਾਹਰੋਂ ਖੇਡ ਸਕਦੇ ਹਨ ਅਤੇ ਜੇਕਰ ਦੋਸਤੋ ਪ੍ਰਾਈਜ਼ ਦੀ ਗੱਲ ਕਰੀਏ ਤਾਂ ਪਹਿਲਾ ਇਨਾਮ 31000 ਰੁਪਏ ਤੇ ਦੂਜਾ ਇਨਾਮ 21000 ਰੁਪਏ ਹੋਵੇਗਾ ਲਾਈਵ ਦੀ ਗੱਲ ਕਰੀਏ ਤਾਂ ਲਾਈਵ ਤੁਸੀਂ kabaddi123.com ਦੇ ਜ਼ਰੀਏ ਦੇਖ ਸਕਦੇ ਹੋ ਅੱਜ ਦਾ ਇਹ ਦਾ ਸਭ ਤੋਂ ਲਾਸਟ ਅਤੇ ਵੱਡਾ ਕਬੱਡੀ ਕੱਪ ਜੋ ਹੋਣ ਜਾ ਰਿਹਾ ਹੈ ਬਲਬੀੜਾ ਪਟਿਆਲੇ ਦੇ ਵਿੱਚ ਇਹ ਕਬੱਡੀ ਕੱਪ ਕਰਵਾਇਆ ਜਾਵੇਗਾ ਅਤੇ ਇੱਥੇ ਦੋਸਤੋ ਅੱਜ ਓਪਨ ਦੇ ਮੈਚ 75 ਕਿਲੋ ਤੇ 65 ਕਿਲੋ ਦੇ ਮੈਚ ਹੋਣਗੇ ਲਾਈਵ ਦੀ ਗੱਲ ਕਰੀਏ ਤਾਂ ਲਾਈਵ ਤੁਸੀਂ ਕਬੱਡੀ123.com ਦੇ ਜ਼ਰੀਏ ਦੇਖ ਸਕਦੇ ਹੋ ਅਤੇ ਇੱਥੇ ਦੋਸਤੋ ਸੱਧੀਆਂ ਹੋਈਆਂ 8 ਟੀਮਾਂ ਓਪਨ ਦੀਆਂ ਖੇਡਣ ਜਾ ਰਹੀਆਂ ਹਨ ਅਤੇ ਜੇਕਰ ਕਮੈਂਟਰਾਂ ਦੀ ਗੱਲ ਕਰੀਏ ਤਾਂ ਗੁਰਵਿੰਦਰ ਕਨੌਰ, ਸੇਵਕ ਸ਼ੇਰਗੜਾ ਅਤੇ ਬਸੰਤ ਬਾਜਾਖਾਨਾ ਕਮੈਂਟਰੀ ਕਰਨਗੇ ਜੋ ਵਿਸ਼ੇਸ਼ ਸਨਮਾਨ ਹੋ ਰਹੇ ਹਨ ਉਹਨਾਂ ਦੀ ਗੱਲ ਕਰੀਏ। ਦੋਸਤੋ ਵਿਸ਼ੇਸ਼ ਸਨਮਾਨ ਅਮਰੀਕ ਖੋਸਾ ਕੋਟਲਾ, ਜੀਮਲ ਮਾਨੁਕੇ ਦਾ ਮਨੀ ਢੂੜਦਾ ਅਤੇ ਸਤਨਾਮ ਜੈੰਗੋ ਅਤੇ ਕੁਲਵੀਰ ਥੂਈ ਹੋਰ ਵੀ ਦੋਸਤੋ ਵੱਡੇ ਇੱਥੇ ਸਨਮਾਨ ਕੀਤੇ ਜਾਣਗੇ ਕਾਲਾ ਹਰੀਗੜ ਕਿੰਗਨ ਦਾ ਵੀ ਸਨਮਾਨ ਕੀਤਾ ਜਾਵੇਗਾ। ਅਤੇ ਜੇਕਰ ਹੁਣ ਦੋਸਤੋ ਪਲੇਅਰਾਂ ਤੇ ਟੀਮਾਂ ਦੀ ਗੱਲ ਕਰੀਏ ਜੋ ਟੀਮਾਂ ਤੇ ਪਲੇਅਰਾਂ ਦੀ ਸਾਨੂੰ ਜਾਣਕਾਰੀ ਮਿਲੀ ਹੈ ਜੋ ਇੱਥੇ ਖੇਡਣ ਜਾ ਰਹੀਆਂ ਹਨ ਦੋਸਤੋ ਇੱਥੇ ਇੱਕ ਟੀਮ ਪਹਿਲੀ ਟੀਮ ਬਲਬੇੜੀ ਦੀ ਚੋਟੀ ਦੀ ਟੀਮ ਆਪਣੇ ਪਿੰਡ ਦੀ ਟੀਮ ਬਣਾ ਕੇ ਮੇਲਾ ਬਨਵੇੜਾ ਅਤੇ ਹੋਰ ਰਵੀ ਦਿਉਰਾ ਸ਼ਾਇਦ ਇਸ ਉਸ ਟੀਮ ਵਿੱਚ ਖੇਡੇਗਾ ਅਤੇ ਦੋਸਤੋ ਜੱਗੂ ਹਾਕਮਵਾਲ ਜੋਤਾ ਮੈਮਦਵਾਲ ਵੀ ਦੱਸਿਆ ਜਾ ਰਿਹਾ ਹੈ ਕਿ ਸੁਰਖਪੁਰ ਦੀ ਟੀਮ ਇੱਥੇ ਬਣ ਜਾਵੇ ਅਤੇ ਦੋਸਤੋ ਹੋਰ ਵੀ ਹਰਿਆਣੇ ਤੇ ਪੰਜਾਬ ਦੀਆਂ ਟੀਮਾਂ ਇੱਥੇ ਖੇਡਣ ਜਾ ਰਹੀਆਂ ਹਨ ਰਿੰਕੂ ਕ੍ਰੀਟੀ ਵਰਗੇ ਅਤੇ ਜੀਤ ਕੋੜਲੀ ਵਰਗੇ ਇੱਥੇ ਖੇਡਣ ਜਾ ਰਹੇ ਹਨ ਤੇ ਦੀਨੂ ਜਵਾਰਾ ਬਿੱਕਾ ਛਾਤਰ ਹਰਿਆਣਾ ਦੇ ਵੀ ਟੌਪ ਦੇ ਪਲੇਅਰ ਤੇ ਪੰਜਾਬ ਦੀਆਂ ਛੋਟੀਆਂ ਟੀਮਾਂ ਇੱਥੇ ਪੁੱਜਣੀਆਂ ਤੇ ਅਸੀਂ ਦੋਸਤੋ ਅੱਜ ਦੇ ਕੋਚ ਕਬੱਡੀ ਕੱਪ ਬਾਕੀ ਦੋਸਤੋ ਜੇਕਰ ਤੁਹਾਨੂੰ ਕਿਸੇ ਵੱਡੇ ਕਬੱਡੀ ਕੱਪ ਦੇ ਕੁਝ ਪੂਰੀ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਕਮੈਂਟ ਵਿੱਚ ਕਰ ਸਕਦੇ ਹੋ ਕੋਈ ਕਮੈਂਟ ਤੇ ਬਾਕੀ ਦੋਸਤੋ ਜੇਕਰ ਤੁਸੀਂ ਸਾਡੇ ਗਰੁੱਪ ਨੂੰ WhatsApp ਗਰੁੱਪ ਨੂੰ ਜੁਆਇਨ ਨਹੀਂ ਕੀਤਾ ਡਿਸਕ੍ਰਿਪਸ਼ਨ 'ਚ ਲਿੰਕ ਦਿੱਤਾ ਤੁਸੀਂ ਗਰੁੱਪ ਨੂੰ ਵੀ ਜੁਆਇਨ ਕਰ ਸਕਦੇ ਹੋ ਅਸੀਂ ਉੱਥੇ ਪੋਸਟਰ ਅਤੇ ਪੂਰੀ ਜਾਣਕਾਰੀ ਪਲੇਅਰਾਂ ਬਾਰੇ ਦੱਸਦੇ ਰਹਿੰਦੇ ਹਾਂ ਤਾਂ ਤੁਸੀਂ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਤੇ ਇਹ ਸੀ ਦੋਸਤੋ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਸ਼ੇਅਰ ਜ਼ਰੂਰ ਕਰਨਾ WhatsApp ਗਰੁੱਪਾਂ 'ਚ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਧੰਨਵਾਦ